ਮੈਂ ਤਾਂ ਕੋਲ ਤੇਰੇ ਰਹਿਣਾ, ਮੈਂ ਤਾਂ ਕੋਲ ਤੇਰੇ ਰਹਿਣਾ, ਮੈਂ ਤਾਂ ਬੈਠੀ ਕੋਲ बहुत बहुत स्वागत है जी शिप्रा जी। गाने थैंक यू सो मच। गुणे बना रहे हो फिर घर बैठे लॉकडाउन च? बस चल रहे है, क्योंकि हुण नवी टाइप दी टेक्नोलॉजी आ गई है, सो हुण आपां आईफोन तो ऑडियो, आईफोन तो वीडियोस ते नवी टेक्नोलॉजी दा यूज करके इदां कर रहा। की कुछ नवा फिर रिकॉर्ड किया इन्होंने दिनों विच? जिहड़ा नवा गाना मैं बनाया ओ भी बलजीत जी दा लिखिया होया है, निक तम्मू दा म्यूजिक है एंड इट्स लॉकडाउन। बहुत जल्दी आपां रिलीज करांगे। ਤੁਹਾਨੂੰ ਕੀ ਲੱਗਦਾ ਕਿ ਲਰਨਿੰਗਸ ਕੀ ਇਸ ਫੇਸ ਤੋਂ ਆਉਣ ਵਾਲੀਆਂ ਹੈ? ਮੈਂ ਦੋ ਚੀਜ਼ਾਂ ਸਿੱਖੀਆਂ ਇਸ ਕੋਵਿਡ ਦੇ ਟਾਈਮ ਤੋਂ, ਵਿਚ ਇਜ਼ ਦੈਟ ਕਿ ਅਡੈਪਟ ਕਰੋ ਨਿਊ ਪ੍ਰੋਸੈਸਿਸ ਨੂੰ ਤੇ ਨਿਊ ਟੈਕਨੋਲੋਜੀ ਨੂੰ। ਜਿੱਦਾਂ ਕਿ ਹੁਣ ਪਹਿਲਾਂ ਆਪਾਂ ਮਿਲ ਕੇ ਇੰਟਰਵਿਊਸ ਕਰਦੇ ਸੀ ਕਿ ਤੁਸੀਂ ਸਾਡੇ ਸਟੂਡੀਓ ਆ ਜਾਓ, ਤੁਸੀਂ ਸਾਨੂੰ ਬੁਲਾਉਂਦੇ ਸੀ ਕਿ ਤੁਸੀਂ ਸੀਪੀ ਆ ਜਾਓ, ਹੈ ਨਾ। ਹੁਣ ਆਪਾਂ ਆਨਲਾਈਨ ਅਲੱਗ-ਅਲੱਗ ਸ਼ਹਿਰਾਂ 'ਚ ਬੈਠੇ ਇੰਟਰਵਿਊ ਕਰ ਰਹੇ ਹਾਂ, ਲੋਕਾਂ ਦੇ ਨਾਲ ਜੁੜੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਦਿਸ ਇਜ਼ ਨਿਊ ਟੈਕਨੋਲੋਜੀ, ਕਿਉਂਕਿ ਲਾਈਫ ਪਹਿਲਾਂ ਜਿੱਦਾਂ ਦੀ ਨਹੀਂ ਰਹਿਣ ਵਾਲੀ। ਮੈਨੂੰ ਲੱਗਦਾ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਤੇ ਤੁਸੀਂ ਸਭ ਨੂੰ ਉਹ ਜਿਹੜੇ ਨਿਊ ਪ੍ਰੋਸੈਸ ਹੈ ਉਹ ਸਭ ਨੂੰ ਅਡਾਪਟ ਕਰਨੇ ਪੈਣੇ ਆ, ਕਿ ਅਸੀਂ ਜਿਹੜੇ ਪੰਜਾਬੀ ਕਲਾਕਾਰ ਆ ਅਸੀਂ ਬਹੁਤ ਫਾਸਟ ਹੁੰਦੇ ਆ, ਤੇ ਅਸੀਂ ਵੇਟ ਨਹੀਂ ਕਰਦੇ ਕਿ ਕੁਝ ਹੋਊਗਾ ਤੇ ਫਿਰ ਕੁਝ ਕਰਾਂਗੇ। ਮੈਨੂੰ ਲੱਗਦਾ ਕਿ ਕਾਫੀ ਸਾਰੇ ਪੰਜਾਬੀ ਆਰਟਿਸਟ ਨੇ ਜਿਹੜੇ ਆਪਣੇ ਗਾਣੇ ਤਿਆਰ ਵੀ ਕਰ ਰਹੇ ਨੇ, ਰਿਲੀਜ਼ ਵੀ ਕਰ ਰਹੇ ਨੇ, ਤੇ ਕਿਉਂਕਿ ਦੇ ਲਵ ਪੀਪਲ। ਸੋ ਆਈ ਕੈਨ ਨਾਟ ਵੇਟ ਕਿ ਮੈਨੂੰ ਕੈਮਰਾ ਮਿਲੂਗਾ, ਵੱਡੀਆਂ ਵੱਡੀਆਂ ਲਾਈਟਾਂ ਮਿਲਣਗੀਆਂ ਤਾਂ ਮੈਂ ਗਾਣਾ ਸ਼ੂਟ ਕਰੂੰਗੀ। ਨੋ, ਮੈਨੂੰ ਲੱਗਦਾ ਕਿ ਮੈਂ ਐਂਟਰਟੇਨਰ ਆ ਤੇ ਮੇਰੀ ਡਿਊਟੀ ਹੈ ਲੋਕਾਂ ਲਈ ਕਿ ਮੈਂ ਉਹਨਾਂ ਨੂੰ ਐਂਟਰਟੇਨ ਕਰਾਂ। ਮੁੰਬਈ ਰਹਿੰਦੀ ਕੁੜੀ, ਗੀਤ ਸਾਰੇ ਪੰਜਾਬੀ ਹੈ ਜ਼ਿਆਦਾਤਰ। ਮੈਨੂੰ 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 ਮੈਂ ਕਿਤੇ ਨਾ ਕਿਤੇ ਪੰਜਾਬੀ ਹਾਂ, ਡਾਲ ਵਿੱਚ ਗੀਤ ਵੀ ਮੈਨੂੰ ਪੰਜਾਬੀ ਹੋਣਗੇ ਨਾ। ਕੋਈ ਨਾ ਕੋਈ ਸ਼ਿਪਰਾ ਦੀ ਬਾਲੀਵੁੱਡ ਫਿਲਮ ਆਉਣ ਵਾਲੀ ਹੈ ਐਜ਼ ਅ ਹੀਰੋਇਨ। ਨੋ 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 ਇਹ ਇਦਾਂ ਦਾ ਬਿਲਕੁਲ ਕੁਝ ਨਹੀਂ ਹੈ, ਬਿਲਕੁਲ ਫੇਕ ਰਿਊਮਰ ਹੈ। ਮੇਰੀ ਕੋਈ ਬਾਲੀਵੁੱਡ ਫਿਲਮ ਫੁਲਮ ਨਹੀਂ ਆਉਣ ਵਾਲੀ। ਮੈਂ ਵਧੀਆ ਗਾਣੇ ਗਾ ਕੇ ਖੁਸ਼ ਹਾਂ। ਮੈਂ ਕੋਈ ਫਿਲਮਾਂ ਦਾ ਮੇਰਾ ਕੋਈ ਇਰਾਦਾ ਨਹੀਂ ਹੈ ਇੱਦਾਂ ਦੀ ਕਿ ਬਾਲੀਵੁੱਡ ਮੂਵੀ ਦੇ ਵਿੱਚ ਆਵਾਂ, ਕੋਈ ਡ੍ਰੀਮ ਵੀ ਨਹੀਂ ਹੈ ਇੱਦਾਂ ਦਾ। ਮੇਰਾ ਬਚਪਨ ਤੋਂ ਹੀ ਡ੍ਰੀਮ ਸੀ ਕਿ ਮੈਂ ਪਲੇਬੈਕ ਸਿੰਗਰ ਬਣਾਂਗੀ, ਹੈ ਨਾ। ਬਟ ਧੀਰੇ ਧੀਰੇ ਬੰਬੇ ਆਈ, ਪੰਜਾਬੀ ਗਾਣੇ ਹਿੱਟ ਹੋ ਗਏ, ਫਿਰ ਮੈਂ ਇੱਕ ਨਵੀਂ ਫੀਲਡ ਖੁੱਲੀ, ਇੱਕ ਨਵਾਂ ਜ਼ੋਨ ਖੁੱਲਿਆ ਆਫ ਐਨ ਆਰਟਿਸਟ। ਸੋ ਆਰਟਿਸਟ ਬਣਨ ਲਈ ਜ਼ਰੂਰੀ ਹੈ ਕਿ ਜਦੋਂ ਤੁਸੀਂ ਆਪਣੇ ਗਾਣੇ ਦੇ ਵਿੱਚ ਫੀਚਰ ਕਰੋ। ਜੋ ਕੁਝ ਤੁਹਾਡੀ ਲਾਈਫ ਦੇ ਵਿੱਚ ਤੁਹਾਡੇ ਹਿੱਸੇ ਗਾਣੇ ਆਏ, ਚਾਹੇ ਉਹ ਬਿਲਾ ਆ ਗਿਆ ਜੀ ਏ ਦਾਦੀ ਜੁਦਾਈ ਦਾ, ਭਾਵੇਂ ਉਹ ਅੰਗਰੇਜ਼ੀ ਵਾਲੀ ਜੀ ਮੈਡਮ ਦੀ ਆਪਾਂ ਗੱਲ ਕਰ ਰਹੇ ਹਾਂ, ਇਸ਼ਕ ਬੁਲਾਵਾ। ਹਾਂ ਸੋ ਜਿਹੜਾ ਉਹ ਹਾਂ ਕਹਿੰਦੇ ਨੇ ਕਿ ਹਰ ਇੱਕ ਦਾਣੇ ਦਾਣੇ ਪੇ ਲਿਖਾ ਹੈ ਖਾਣੇ ਵਾਲੇ ਕਾ ਨਾਮ, ਤੋ ਖਾਣੇ ਵਾਲੇ ਤੁਹਾਨੂੰ ਕਾ ਨਾਮ ਐਜ਼ ਐਨ ਬਿਲਕੁਲ। ਆਰਟਿਸਟ ਕੀ ਐਜ਼ ਐਨ ਆਰਟਿਸਟ ਕੀ ਲੱਗਦਾ ਹੈ ਕਿ ਇਸ ਗੀਤ ਤੇ ਵਾਕਈ ਚ ਮੇਰਾ ਨਾਮ ਹੀ ਲਿਖਿਆ ਹੋਇਆ ਸੀ, ਜੇ ਕੋਈ ਹੋਰ ਗਾ ਲੈਂਦਾ ਤਾਂ ਸ਼ਾਇਦ ਮੈਨੂੰ ਇਹ ਚੰਗਾ ਨਾ ਲੱਗਦਾ। ਮੇਰਾ ਪਹਿਲਾ ਗਾਣਾ ਸੀ ਇਸ਼ਕ ਬੁਲਾਵਾ, ਪਹਿਲਾ ਗਾਣੀ ਬਹੁਤ ਵਧੀਆ ਚੱਲਿਆ, ਹੈ ਨਾ। ਤੇ ਇਟਸ ਸਮਥਿੰਗ ਕਾਲਡ ਐਸ ਬਿਗਨਰਸ ਲੱਕ, ਕਿ ਜਦੋਂ ਤੁਸੀਂ ਪਹਿਲੀ ਵਾਰੀ ਕੋਈ ਚੀਜ਼ ਟਰਾਈ ਕਰਦੇ ਹੋ। ਹੁਣ ਮੈਂ ਸੋਚਦੀ ਤਾਂ ਬਚਪਨ ਤੋਂ ਸੀ ਕਿ ਮੈਂ ਆਰਟਿਸਟ ਬਣਾਂਗੀ, ਬਟ ਮੈਂ ਪਹਿਲਾ ਗਾਣਾ ਗਾਇਆ, ਉਹ ਗਾਣਾ ਚੱਲਿਆ ਵੀ, ਲੋਕਾਂ ਨੇ ਮੈਨੂੰ ਰਿਕਗਨਾਈਜ਼ ਕੀਤਾ, ਰਾਈਟ। ਸੋ ਉਹ ਮੈਨੂੰ ਚੀਜ਼ ਦਰਸਾਉਂਦੀ ਹੈ ਕਿ ਇਟ ਇਜ਼ ਬਿਗਨਰਸ ਲੱਕ, ਕਿ ਮੈਂ ਮੇਰੀ ਡੈਸਟੀਨੀ ਹੈਗੀ ਹੈ ਨਾ, ਐਂਡ ਤੇ ਮੇਰੀ ਕਿਸਮਤ ਚਾਹੁੰਦੀ ਹੈ ਕਿ ਮੈਂ ਇਸ ਡਾਇਰੈਕਸ਼ਨ ਦੇ ਵਿੱਚ ਹੋਰ ਮਿਹਨਤ ਕਰਾਂ। ਇਸ ਤਰ੍ਹਾਂ ਦਾ ਟੈਲੈਂਟ ਵੀ ਹੈ ਜਿਨ੍ਹਾਂ ਨੂੰ ਕਹਿੰਦੇ ਆ ਕਿ ਜਿਹੜਾ ਕਿ ਗੋਡ ਗਿਫਟਿਡ ਹੁੰਦਾ ਹੈ ਔਰ ਉਹਨਾਂ ਕੋਲ ਐਜੂਕੇਸ਼ਨ ਨਹੀਂ ਹੁੰਦੀ। ਇਹ ਜਿਹੜਾ ਚੇਂਜ ਆਇਆ ਇੰਡਸਟਰੀ ਦੇ ਵਿੱਚ ਕਿ ਹੁਣ ਜਿੰਨੇ ਯੰਗਸਟਰਸ ਆ ਰਹੇ ਨੇ ਉਹਦੇ ਚ ਜ਼ਿਆਦਾਤਰ ਕੋਈ ਨਾ ਕੋਈ ਐਜੂਕੇਸ਼ਨ 뮤직 ਵੀ ਲੈ ਕੇ ਆ ਰਹੇ ਨੇ, ਇਹ ਚੇਂਜ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਮੈਨੂੰ ਲੱਗਦਾ ਕਿ ਸਾਡੀ ਜਿਹੜੀ ਆਡੀਅੰਸ ਹੈ, ਜਿਹੜੀ ਪੰਜਾਬੀ ਆਡੀਅੰਸ ਹੈ, ਉਹ ਸਮਾਰਟ ਹੈ ਨਾ। ਉਹਨਾਂ ਨੂੰ ਪਤਾ ਹੈ ਕਿ ਕੌਣ ਵਧੀਆ ਗਾ ਰਿਹਾ ਹੈ, ਕੌਣ ਵਧੀਆ ਨਹੀਂ ਗਾ ਰਿਹਾ, ਕਿਹੜਾ 뮤직 ਵਧੀਆ ਹੈ, ਕਿਹੜਾ ਨਹੀਂ ਵਧੀਆ। ਦੇ ਹੈਵ ਅ ਗੁੱਡ ਈਅਰ, ਐਂਡ ਵਧੀਆ ਵੀ ਹੈ ਕਿ ਸਾਰੇ ਐਜੂਕੇਸ਼ਨ ਲੈ ਕੇ ਜੇ ਆ ਰਹੇ ਹੈ, ਬਿਕਾਜ਼ ਜੇ ਤੁਹਾਡੇ ਅੰਦਰ ਟੈਲੈਂਟ ਹੈ ਨਾ, ਤੇ ਐਜੂਕੇਸ਼ਨ ਉਹਨੂੰ ਹੋਰ ਪਾਲਿਸ਼ ਕਰ ਸਕਦੀ ਹੈ, ਰਿਆਜ਼ ਉਹਨੂੰ ਹੋਰ ਪਾਲਿਸ਼ ਕਰ ਸਕਦਾ ਹੈ। ਰਿਆਜ਼ ਕਿਸੇ ਦੇ ਵਿੱਚ ਟੈਲੈਂਟ ਪਾ ਨਹੀਂ ਸਕਦਾ। ਤੇ ਕਿੱਥੇ ਜਾਂਦਾ ਤੇਰਾ ਐਟੀਟਿਊਡ ਵੇ, ਬੜੀ ਮਿੱਠੀਆਂ ਗੱਲਾਂ ਦੀ ਲੋਰ ਆਈ ਹੁੰਦੀ ਆ,
ਆਥਣੇ ਦੇ ਬੜੀ ਅੰਗਰੇਜ਼ੀ ਬੋਲਦਾ, ਦਿਨ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਆ, ਤੇ ਆਥਣੇ ਦੇ ਬੜੀ ਅੰਗਰੇਜ਼ੀ ਬੋਲਦਾ, ਦਿਨ ਜੱਟਾ ਕਿਹੜੇ ਖੂੰਜੇ ਲਾਈ ਹੁੰਦੀ ਬਹੁਤ ਸ਼ੁਕਰੀਆ ਆ। ਸ਼ਿਪਰਾ, ਥੈਂਕ ਯੂ ਸੋ ਮਚ ਅਗੇਨ, ਥੈਂਕ ਥੈਂਕ ਯੂ, ਯੂ ਸਤਿ ਸੋ ਸ਼੍ਰੀ ਅਕਾਲ। ਮਚ, ਸਤਿ ਸ਼੍ਰੀ ਅਕਾਲ।